ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਮੈਂ ਹਰਸ਼ਰਨ ਕੌਰ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਅਹਿਮ ਇਹੀ ਹੈ ਕਿ ਪੰਜਾਬ ਵਿੱਚ ਅੱਜ ਤੋਂ ਵੀਕਐਂਡ ਲੋਕਡਾਊਨ ਲੱਗ ਚੁੱਕਿਆ। ਅੱਜ ਸ਼ਨੀਵਾਰ ਹੈ, ਕੱਲ੍ਹ ਨੂੰ ਐਤਵਾਰ ਹੈ, ਦੋ ਦਿਨ ਲਗਾਤਾਰ ਵੀਕਐਂਡ ਲੋਕਡਾਊਨ ਰਹੇਗਾ। ਰਾਤ ਦੇ ਕਰਫਿਊ ਦਾ ਤਾਂ ਤੁਹਾਨੂੰ ਪਤਾ ਹੀ ਹੈ। ਪੰਜਾਬ ਦੇ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੇ ਘਰਾਂ ਦੇ ਬਾਹਰ ਪੋਸਟਰ ਨਹੀਂ ਲੱਗਣਗੇ। ਪੰਜਾਬ ਸਰਕਾਰ ਨੇ ਨਵਾਂ ਹੁਕਮ ਲਾਗੂ ਕਰ ਦਿੱਤਾ ਹੈ। ਹਾਈਕੋਰਟ ਨੇ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ। ਸੁਮੇਧ ਸੈਣੀ ਹਾਲੇ ਤੱਕ ਫੜਿਆ ਨਹੀਂ ਜਾ ਚੁੱਕਿਆ। ਪੂਰੇ ਪੰਜਾਬ 'ਚੋਂ ਇੱਕ ਅਧਿਆਪਕ ਨੂੰ ਕੌਮੀ ਪੁਰਸਕਾਰ ਮਿਲੇਗਾ। ਕੌਣ ਹੈ ਇਹ ਅਧਿਆਪਕ ਅਤੇ ਕਿਉਂ ਪੁਰਸਕਾਰ ਮਿਲੇਗਾ, ਸਾਰੀ ਕਹਾਣੀ ਦੱਸਾਂਗੇ। ਪੁਲਿਸ ਨੂੰ ਫੇਰ ਭਾਜੜਾਂ ਪੈ ਗਈਆਂ ਨੇ, ਪਰ ਹੁਣ ਮੋਗਾ ਪੁਲਿਸ ਨੂੰ ਨਹੀਂ, ਲੁਧਿਆਣਾ ਪੁਲਿਸ ਨੂੰ ਪਈਆਂ ਨੇ, ਕਿਉਂਕਿ ਸ਼ਹਿਰ ਦੇ ਇੱਕ ਥਾਂ ਦੇ ਉੱਤੇ ਖਾਲਿਸਤਾਨ ਲਿਖਿਆ ਝੰਡਾ ਮੁੜ ਤੋਂ ਕਿਸੇ ਨੇ ਲਹਿਰਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੂੰ ਕਿਹਨੇ ਕਹਿ ਦਿੱਤਾ ਹੈ ਕਿ ਪੰਜਾਬ ਤੁਹਾਡੇ ਪਿਓ ਦੀ ਜਾਗੀਰ ਨਹੀਂ ਹੈ। ਮੁਕਤਸਰ ਸਾਹਿਬ ਦੇ ਵਿੱਚ ਬਜ਼ੁਰਗ ਮਹਿਲਾ ਨੂੰ ਬੇਸਹਾਰਾ ਛੱਡਣ ਵਾਲੇ ਪੁੱਤਰ ਖਿਲਾਫ਼ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਹੋਇਆ। ਪੰਜਾਬ, ਹਰਿਆਣਾ, ਹਿਮਾਚਲ ਅਤੇ ਹੋਰ ਸੂਬਿਆਂ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਚੰਗੀ ਖਬਰ ਹੈ, ਕਿਉਂਕਿ 16 ਸਤੰਬਰ ਤੋਂ ਚੰਡੀਗੜ੍ਹ ਦਾਖਲ ਹੋ ਸਕਦੀਆਂ ਨੇ ਅੰਤਰਰਾਜੀ ਬੱਸਾਂ। ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਥੰਮਿਆ ਨਹੀਂ ਹੈ। ਹੁਣ ਕਿਹਨੇ ਕੀਤੀ ਹੈ ਸਰਕਾਰੀ ਜਾਂਚ ਦੀ ਮੰਗ, ਸਾਰੀ ਖਬਰ ਦੱਸਾਂਗੇ। 1984 ਸਿੱਖ ਕਤਲੇਆਮ ਦੇ ਦੋਸ਼ੀ ਨੂੰ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਨਹੀਂ ਮਿਲੀ। ਸੱਜਣ ਕੁਮਾਰ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਪਿੰਡ ਮੁੱਛਲ ਦੇ ਵਿੱਚ ਪੁਲਿਸ ਦੀ ਨੋ ਐਂਟਰੀ ਕਿਉਂ ਹੋਈ ਹੈ? ਅਸਲ ਦੋਸ਼ੀਆਂ ਨੂੰ ਟਰੇਸ ਕਰਨ ਦੀ ਥਾਂ ਨਿਰਦੋਸ਼ਾਂ ਨੂੰ ਪਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਨੇ ਪੁਲਿਸ ਦੇ ਖਿਲਾਫ਼। ਪੰਜਾਬ ਦੀਆਂ ਖਾਸ ਖਬਰਾਂ ਤੋਂ ਪਹਿਲਾਂ ਅਸੀਂ ਸਾਡੇ ਸਾਰੇ ਦਰਸ਼ਕਾਂ ਦੇ ਲਈ ਇੱਕ ਸਵਾਲ ਅੱਜ ਪੁੱਛਾਂਗੇ। ਅੱਜ ਦਾ ਸਵਾਲ ਹੈ ਕਿ ਕੋਰੋਨਾ ਮਰੀਜ਼ਾਂ ਦੇ ਘਰਾਂ ਦੇ ਬਾਹਰ ਹੁਣ ਪੋਸਟਰ ਨਹੀਂ ਲੱਗਣਗੇ। ਪੰਜਾਬ ਸਰਕਾਰ ਨੇ ਆਪਣਾ ਪੁਰਾਣਾ ਫੈਸਲਾ ਵਾਪਸ ਲੈ ਲਿਆ। ਪੰਜਾਬ ਸਰਕਾਰ ਦੇ ਇਸ ਫੈਸਲੇ ਲਈ ਕੀ ਤੁਸੀਂ ਕੈਪਟਨ ਸਰਕਾਰ ਨੂੰ ਸ਼ਾਬਾਸ਼ੀ ਦੇਣਾ ਚਾਹੁੰਦੇ ਹੋ? ਹਾਂ ਜਾਂ ਨਹੀਂ ਦੇ ਵਿੱਚ ਤੁਸੀਂ ਆਪਣਾ ਆਂਸਰ ਜ਼ਰੂਰ ਕਰਿਓ। ਪੋਲ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ। ਜਿਹੜੇ ਸਾਡੇ ਫੇਸਬੁੱਕ 'ਤੇ ਦਰਸ਼ਕ ਦੇਖ ਰਹੇ ਨੇ ਉਹ ਜ਼ਰੂਰ ਆਪਣਾ ਪੋਲ ਕਰਨ, ਹਾਂ ਜਾਂ ਨਹੀਂ ਦੇ ਵਿੱਚ। ਅਤੇ ਕੱਲ੍ਹ ਨੂੰ ਅਸੀਂ ਦੱਸਾਂਗੇ ਕਿ ਕਿੰਨੇ ਲੋਕਾਂ ਨੇ ਇਸ ਨਾਲ ਜਿਹੜੀ ਸਹਿਮਤੀ ਪ੍ਰਗਟਾਈ ਹੈ ਅਤੇ ਕਿੰਨਿਆਂ ਨੂੰ ਨਹੀਂ ਚੰਗਾ ਲੱਗਿਆ ਇਹ ਫੈਸਲਾ। ਸੋ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਖਬਰ ਇਹੀ ਹੈ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਦੇ ਵਿੱਚ ਲੋਕਡਾਊਨ ਦਾ ਜਿਹੜਾ ਪਹਿਲਾ ਦਿਨ ਹੈ ਸ਼ਨੀਵਾਰ ਨੂੰ, ਸ਼ਨੀਵਾਰ ਅਤੇ ਐਤਵਾਰ ਨੂੰ ਲੋਕਡਾਊਨ ਦੇ ਦੋ ਦਿਨ ਨੇ, ਜਦੋਂ ਪੰਜਾਬ ਦੇ ਸ਼ਹਿਰੀ ਇਲਾਕਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਸਭ ਕੁਛ ਬੰਦ ਰੱਖਣ ਦਾ ਐਲਾਨ ਕੀਤਾ ਹੈ। ਜ਼ਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਛੱਡ ਕੇ ਅਤੇ ਰਾਤ ਦਾ ਜਿਹੜਾ ਕਰਫਿਊ ਹੈ ਉਹ ਤਾਂ ਲਾਇਆ ਹੀ ਹੋਇਆ। ਹਾਲਾਂਕਿ ਨਵੇਂ ਦਿਸ਼ਾ ਨਿਰਦੇਸ਼ਾਂ ਤੋਂ ਦੋ ਹਫ਼ਤੇ ਪਹਿਲਾਂ ਹੀ ਕੈਪਟਨ ਸਰਕਾਰ ਨੇ ਇਹ ਨਿਯਮ ਲਾਗੂ ਕਰ ਦਿੱਤੇ ਸੀ ਅਤੇ ਅਨਲੌਕ 4 ਦੇ ਵਿੱਚ ਇਹਨਾਂ ਨਿਰਦੇਸ਼ਾਂ ਨੂੰ ਹੀ, ਇਹਨਾਂ ਆਦੇਸ਼ਾਂ ਨੂੰ ਹੀ ਕੰਟੀਨਿਊ ਕੀਤਾ ਗਿਆ। ਸੋ ਅਨਲੌਕ 4 ਦਾ ਇਹ ਪਹਿਲਾ ਹਫ਼ਤਾ ਹੋਏਗਾ ਜਦੋਂ ਵੀਕਐਂਡ ਲੋਕਡਾਊਨ ਤੁਸੀਂ ਦੇਖੋਗੇ। ਵੀਕਐਂਡ ਲੋਕਡਾਊਨ ਦਾ ਕਿੰਨਾ ਕੁ ਅਸਰ ਹੈ ਅਤੇ ਕਰਫਿਊ ਦਾ ਮਤਲਬ ਹੁੰਦਾ ਕਿ ਬਾਹਰ ਕੋਈ ਵੀ ਨਾ ਦਿਖੇ, ਚਿੜੀ ਵੀ ਨਾ ਫੜਕੇ। ਪਰ ਤੁਸੀਂ ਦੱਸੋ ਕਿ ਸੜਕਾਂ ਦੇ ਉੱਤੇ ਕਿੰਨੇ ਕੁ ਲੋਕ ਨੇ ਜਿਹੜੇ ਉਹ ਤੁਹਾਨੂੰ ਤੁਰੇ ਫਿਰਦੇ ਦਿਖਾਈ ਦਿੰਦੇ ਨੇ, ਕਿੰਨੇ ਕੁ ਵਾਹਨ ਚੱਲਦੇ ਫਿਰਦੇ ਦਿਖਾਈ ਦਿੰਦੇ ਨੇ, ਦੁਕਾਨਾਂ ਕਿੰਨੀਆਂ ਕੁ ਖੁੱਲੀਆਂ ਨੇ, ਕਿੰਨੀਆਂ ਕੁ ਬੰਦ ਨੇ। 6:30 ਵਜੇ ਤੋਂ ਬਾਅਦ ਖਾਸ ਤੌਰ 'ਤੇ ਸ਼ਰਾਬ ਦੇ ਠੇਕੇ ਤਾਂ ਨਹੀਂ ਖੁੱਲ੍ਹੇ ਹੈਗੇ, ਕਿਉਂਕਿ ਸ਼ਰਾਬ ਦੇ ਠੇਕੇ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਸਿਆਸੀ ਲੋਕਾਂ ਦੇ ਹਨ। ਯਾਨੀ ਕਿ ਸ਼ਰਾਬ ਦੇ ਠੇਕਿਆਂ ਦੀ ਜਿਹੜੀ ਮਾਲਕੀ ਹੈ ਉਹ ਕਿਤੇ ਨਾ ਕਿਤੇ ਸਿਆਸੀ ਲੀਡਰਾਂ ਦੀ ਹੀ ਨਿਕਲਦੀ ਹੈ, ਇਸ ਕਰਕੇ ਉਹਨਾਂ ਨੂੰ ਥੋੜ੍ਹੀ ਰਾਹਤ ਹੈ ਉਹ ਦਿੱਤੀ ਜਾਂਦੀ ਹੈ। ਕੈਪਟਨ ਸਾਹਿਬ ਤਾਂ ਖਾਸ ਤੌਰ 'ਤੇ ਸ਼ਰਾਬ ਦੇ ਠੇਕਿਆਂ ਦੀ ਹਮਾਇਤ ਕਰਦੇ ਆ ਰਹੇ ਨੇ। ਖੋਲ੍ਹਣ ਨੂੰ ਲੈ ਕੇ ਵੀ ਉਹ ਬੜੇ ਗੁੱਸੇ 'ਚ ਆ ਗਏ ਸੀ ਕਿ ਕਦੋਂ ਖੋਲ੍ਹੋਗੇ, ਖੋਲ੍ਹਣ ਦੀ ਇਜਾਜ਼ਤ ਦਿਓ। ਸੋ ਇਹ ਗੱਲਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਿਓ ਅਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਾਣਕਾਰੀ ਜ਼ਰੂਰ ਦਿਓ ਅਤੇ ਅਸੀਂ ਆਪਣੇ ਸਾਰੇ ਦਰਸ਼ਕਾਂ ਦੇ ਕਮੈਂਟ ਜਿਹੜੇ ਜ਼ਰੂਰ ਪੜ੍ਹਦੇ ਹਾਂ। ਇਸ ਕਰਕੇ ਤੁਸੀਂ ਆਪਣੀ ਰਾਏ ਜ਼ਰੂਰ ਰੱਖਿਆ ਕਰੋ, ਠੀਕ। ਅਸੀਂ ਜਵਾਬ ਸਾਰਿਆਂ ਦੇ ਨਹੀਂ ਦੇ ਸਕਦੇ, ਪਰ ਅਸੀਂ ਤੁਹਾਡਾ ਵਿਊ ਹੈ ਜਿਹੜਾ ਉਹ ਜ਼ਰੂਰ ਪੜ੍ਹਦੇ ਹਾਂ। ਸੋ ਅਗਲੀ ਖਬਰ ਹੈ ਕਿ ਪੰਜਾਬ ਦੇ ਵਿੱਚ ਕੋਰੋਨਾ ਮਰੀਜ਼ਾਂ ਦੇ ਘਰਾਂ ਦੇ ਬਾਹਰ ਹੁਣ ਪੋਸਟਰ ਨਹੀਂ ਲੱਗਣਗੇ। ਪੰਜਾਬ ਸਰਕਾਰ ਨੇ ਇਸ ਮਹਾਮਾਰੀ ਨਾਲ ਜੁੜੇ ਵਿਤਕਰੇ ਨੂੰ ਘਟਾਉਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਪਹਿਲਾਂ ਵਾਲੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ, ਜਿਸ ਤਹਿਤ ਘਰੇਲੂ ਇਕਾਂਤਵਾਸ ਜਾਂ ਕੁਆਰੰਟੀਨ ਵਿੱਚ ਰਹਿ ਰਹੇ ਕੋਵਿਡ ਦੇ ਮਰੀਜ਼ਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾਏ ਜਾਂਦੇ ਸੀ, ਹੁਣ ਨਹੀਂ ਚਿਪਕਾਏ ਜਾਣਗੇ। ਅਤੇ ਇਹ ਵੀ ਹੁਕਮ ਦਿੱਤਾ ਗਿਆ ਕਿ ਪਹਿਲਾਂ ਜਿਹੜੇ ਪੋਸਟਰ ਹੁਣ ਤੱਕ ਲਾਏ ਗਏ ਨੇ ਉਹ ਲਾ ਦਿੱਤੇ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਚੁੱਕੇ ਜਾਣ ਦਾ ਮਕਸਦ ਕੋਰੋਨਾ ਦੇ ਮਰੀਜ਼ਾਂ ਦੇ ਘਰਾਂ ਦੇ ਬੂਹਿਆਂ 'ਤੇ
ਤੇ ਲਾਏ ਜਾਂਦੇ ਪੋਸਟਰਾਂ ਤੋਂ ਪੈਦਾ ਹੋਣ ਵਾਲੇ ਵਿਤਕਰੇ ਨੂੰ ਘਟਾਉਣਾ ਹੈ ਤੇ ਜਾਂਚ ਕਰਵਾਏ ਜਾਣ ਦੇ ਡਰ ਨੂੰ ਵੀ ਦੂਰ ਕਰਨਾ ਹੈ। ਮੁੱਖ ਮੰਤਰੀ ਕਹਿੰਦੇ ਨੇ ਕਿ ਭਾਈਚਾਰਕ ਤੌਰ ਦੇ ਉੱਤੇ ਜਾਗਰੂਕਤਾ ਫੈਲਾਉਣ ਅਤੇ ਘਰੇਲੂ ਇਕਾਂਤਵਾਸ ਦੇ ਦਿਸ਼ਾ ਨਿਰਦੇਸ਼ਾਂ ਦੀ ਮਰੀਜ਼ਾਂ ਦੁਆਰਾ ਉਲੰਘਣਾ ਨੂੰ ਨੱਥ ਪਾਉਣ ਦੇ ਲਈ ਇਹ ਪੋਸਟਰ ਨੇ ਜਿਹੜੇ ਮਰੀਜ਼ਾਂ ਦੇ ਘਰਾਂ ਦੇ ਬਾਹਰ ਲਾਏ ਜਾਂਦੇ ਸੀ ਕਿ ਕੋਵਿਡ ਪੋਜ਼ਿਟਿਵ ਮਰੀਜ਼ ਇੱਥੇ ਇਕਾਂਤਵਾਸ ਦੇ ਵਿੱਚ ਰਹਿੰਦਾ ਹੈ ਤਾਂ ਕਿ ਬਾਕੀ ਲੋਕ ਉਸ ਦੇ ਸੰਪਰਕ ਦੇ ਵਿੱਚ ਨਾ ਆਉਣ। ਪਰ ਇਹਨਾਂ ਪੋਸਟਰਾਂ ਦਾ ਨੈਗੇਟਿਵ ਅਸਰ ਹੈ ਜਿਹੜਾ ਉਹ ਜ਼ਿਆਦਾ ਦੇਖਣ ਨੂੰ ਮਿਲਿਆ ਅਤੇ ਹੁਣ ਤਾਂ ਲੋਕ ਜਦੋਂ ਇੱਕਜੁੱਟ ਹੋ ਗਏ ਨੇ ਸਿਹਤ ਸੇਵਾਵਾਂ ਦੇ ਖਿਲਾਫ, ਕਰੋਨਾ ਟੈਸਟ ਦੇ ਖਿਲਾਫ, ਤਾਂ ਪੰਜਾਬ ਸਰਕਾਰ ਨੂੰ ਇਹ ਕਦਮ ਹੈ ਜਿਹੜਾ ਚੁੱਕਣਾ ਪਿਆ। ਐਮਰਜੈਂਸੀ ਬੁਲੇਟਿਨ ਦੇ ਵਿੱਚ ਵੀ ਅਸੀਂ ਇਹ ਖਬਰ ਦਿੱਤੀ ਸੀ ਤਾਂ ਲੋਕਾਂ ਨੇ ਜਿਹੜਾ ਇਸ ਫੈਸਲੇ ਦੀ ਸਲਾਹਣਾ ਕੀਤੀ ਹੈ ਕਿ ਕੈਪਟਨ ਸਰਕਾਰ ਨੇ ਇਹ ਚੰਗਾ ਫੈਸਲਾ ਲਿਆ ਹੈ। ਮੁੱਖ ਮੰਤਰੀ ਕੈਪਟਨ ਨੇ ਤੁਹਾਨੂੰ ਵਾਰਨਿੰਗ ਵੀ ਦੇ ਦਿੱਤੀ ਹੈ ਕਿ ਜੇ ਤੁਸੀਂ ਆਈਸੋਲੇਸ਼ਨ ਦੇ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ ਤਾਂ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਅਧੀਨ ਤੁਹਾਡੇ ਖਿਲਾਫ਼ ਕਾਰਵਾਈ ਵੀ ਕਰਾਂਗੇ। ਅਪੀਲ ਵੀ ਕੀਤੀ ਹੈ ਲੋਕਾਂ ਨੂੰ ਕਿ ਕਰੋਨਾ ਦੇ ਲੱਛਣ ਜੇ ਤੁਹਾਡੇ ਵਿੱਚ ਕਿਸੇ ਵਿੱਚ ਵੀ ਹੈਗੇ ਨੇ ਤਾਂ ਜਲਦੀ ਮੂਹਰੇ ਆ ਕੇ ਟੈਸਟ ਆਪਣਾ ਜ਼ਰੂਰ ਕਰਵਾਓ। ਟੈਸਟ ਕਰਵਾਉਣ ਦੇ ਵਿੱਚ ਕੁਛ ਵੀ ਗਲਤ ਨਹੀਂ ਹੈਗਾ। ਉਹਦੇ ਹੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਅਹਿਮ ਜਾਣਕਾਰੀ ਹੈ ਕਿ ਸੂਬੇ ਦੇ ਵਿੱਚ ਮੋਬਾਈਲ ਵੈਨਾਂ ਦੇ ਵਿੱਚ ਮੁਫ਼ਤ ਵਾਕ ਇਨ ਟੈਸਟਿੰਗ ਦੀ ਸਹੂਲਤ ਹੈ ਜਿਹੜੀ ਉਹ ਦਿੱਤੀ ਜਾਏਗੀ। ਪ੍ਰਾਈਵੇਟ ਡਾਕਟਰਾਂ ਅਤੇ ਹਸਪਤਾਲਾਂ ਨੂੰ 250 ਰੁਪਏ ਪ੍ਰਤੀ ਟੈਕਟਰ ਟੈਸਟ ਦੇ ਨਾ ਮਾਤਰ ਖਰਚੇ ਦੇ ਉੱਤੇ ਅਜਿਹੀ ਟੈਸਟਿੰਗ ਕਰਨ ਦੇ ਹੁਕਮ ਨੇ ਜਿਹੜੇ ਉਹ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਹਸਪਤਾਲਾਂ ਅਤੇ ਮੋਬਾਈਲ ਵੈਨਾਂ ਦੇ ਵਿੱਚ ਮੁਫ਼ਤ ਵਾਕ ਇਨ ਟੈਸਟਿੰਗ ਜਿਹੜੀ ਕਿ ਸਿਰਫ 250 ਰੁਪਏ ਦੇ ਵਿੱਚ ਉਪਲਬਧ ਹੋਏਗੀ। ਜਿਹੜੇ ਵਿਅਕਤੀ ਆਪਣਾ ਨਤੀਜਾ ਤੁਰੰਤ ਦੇਖਣਾ ਚਾਹੁੰਦੇ ਨੇ ਉਹ ਰੈਪਿਡ ਐਂਟੀਜਨ ਟੈਸਟਿੰਗ ਦੀ ਚੋਣ ਕਰ ਸਕਦੇ ਨੇ। ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਇਹ ਫੈਸਲਾ ਲਿਆ ਹੈ ਕਿ ਸਰਕਾਰ ਪ੍ਰਾਈਵੇਟ ਹਸਪਤਾਲਾਂ ਅਤੇ ਡਾਕਟਰਾਂ ਨੂੰ ਟੈਸਟਾਂ ਦੇ ਲਈ ਸਿਖਲਾਈ ਅਤੇ ਕਿੱਟਾਂ ਮੁਹੱਈਆ ਕਰਵਾਏਗੀ ਅਤੇ ਇਹ ਟੈਸਟ ਨੇ ਜਿਹੜੇ ਬਿਨਾਂ ਕੋਈ ਪ੍ਰਸ਼ਨ ਪੁੱਛੇ ਜਾਂ ਬਿਨਾਂ ਪਰਚੀ ਤੋਂ ਕਰਵਾਏ ਜਾ ਸਕਦੇ ਨੇ। ਹੁਣ ਇਹ ਨਹੀਂ ਤੁਹਾਨੂੰ ਕੋਈ ਪੁੱਛੇਗਾ ਕਰੋਨਾ ਦਾ ਟੈਸਟ ਕਰਵਾਉਣ ਦੇ ਲਈ ਕਿ ਤੁਸੀਂ ਡਾਕਟਰ ਦੀ ਰਿਕਮੈਂਡੇਸ਼ਨ ਲੈ ਕੇ ਆਓ, ਡਾਕਟਰ ਦਾ ਰੈਫਰੈਂਸ ਲੈ ਕੇ ਆਓ, ਲਿਖਿਆ ਹੋਵੇ ਉਹਨਾਂ ਨੇ ਫਿਰ ਟੈਸਟ ਕਰਾਂਗੇ। ਆਧਾਰ ਕਾਰਡ ਅਤੇ ਮੋਬਾਈਲ ਨੰਬਰ ਦੇ ਆਧਾਰ 'ਤੇ ਹੀ ਹੁਣ ਟੈਸਟ ਹੈ ਜਿਹੜਾ ਉਹ ਹੋ ਜਾਏਗਾ। ਅੰਮ੍ਰਿਤਸਰ ਦੇ ਬਿਆਸ ਨੇੜੇ ਪਿੰਡ ਮੁੱਛਲ ਦੇ ਵਿੱਚ ਜਿੱਥੇ ਜ਼ਹਿਰੀਲੀ ਸ਼ਰਾਬ ਦੇ ਨਾਲ ਕਾਫੀ ਮੌਤਾਂ ਹੋਈਆਂ ਸੀਗੀਆਂ ਔਰ ਉੱਥੇ ਪੰਜਾਬ ਪੁਲਿਸ ਦੀ ਜਿਹੜੀ ਟੀਮ ਹੈ ਉਹ ਪਿੰਡ ਦੇ ਵਿੱਚ ਗਈ ਸੀ, ਜਾਂਚ ਜਿਹੜੀ ਚੱਲ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਉਸ ਦੇ ਤਹਿਤ। ਪਰ ਮੁੱਛਲ ਪਿੰਡ ਵਾਸੀਆਂ ਨੇ ਪੰਜਾਬ ਪੁਲਿਸ ਦੀ ਟੀਮ ਨੂੰ ਪਿੰਡ ਦੇ ਵਿੱਚ ਹੀ ਵੜਨ ਨਹੀਂ ਦਿੱਤਾ, ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਇਲਜ਼ਾਮ ਲਾਇਆ ਕਿ ਪੁਲਿਸ ਹੈ ਜਿਹੜੀ ਉਹ ਜਾਂਚ ਸਹੀ ਤਰੀਕੇ ਦੇ ਨਾਲ ਨਹੀਂ ਕਰ ਰਹੀ, ਦੋਸ਼ੀਆਂ ਨੂੰ ਫੜਨ ਦੀ ਬਜਾਏ ਉਹਨਾਂ ਨੂੰ ਬਚਾਇਆ ਜਾ ਰਿਹਾ ਅਤੇ ਜਿਹੜੇ ਆਮ ਲੋਕ ਨੇ, ਨਿਰਦੋਸ਼ ਲੋਕ ਨੇ, ਉਹਨਾਂ ਨੂੰ ਫਸਾਇਆ ਜਾ ਰਿਹਾ, ਸਹੀ ਤਰੀਕੇ ਦੇ ਨਾਲ ਜਾਂਚ ਨਹੀਂ ਹੋ ਰਹੀ। ਯਾਦ ਕਰਾ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਆਪਣੇ ਲਾਈਵ ਸੈਸ਼ਨ ਦੇ ਵਿੱਚ ਕਿ ਮੈਂ ਹੁਣ ਇਹਨਾਂ ਨੂੰ ਛੱਡਾਂਗਾ ਨਹੀਂ, ਨਸ਼ਾ ਤਸਕਰ ਨੇ ਜਿਹੜੇ ਉਹਨਾਂ ਨੂੰ ਛੱਡਾਂਗਾ ਨਹੀਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੰਨਾ ਕਤਲੇਆਮ ਹੈ ਜਿਹੜਾ ਉਹ ਫੈਲਾ ਦਿੱਤਾ। ਕਿਉਂਕਿ ਇਹ ਕਤਲੇਆਮ ਹੀ ਹੁੰਦਾ ਕਿ ਤੁਸੀਂ ਜ਼ਹਿਰੀਲੀ ਸ਼ਰਾਬ ਪਿਆ ਕੇ ਜਾਂ ਕੋਈ ਵੀ ਜ਼ਹਿਰੀਲਾ ਪਦਾਰਥ ਦੇ ਕੇ ਕਿਸੇ ਨੂੰ ਮਾਰ ਦਿਓ, ਪਰ ਹਾਲੇ ਤੱਕ ਜਾਂਚ ਦਾ ਕੋਈ ਵੀ ਮੂੰਹ ਮੱਥਾ ਨਹੀਂ ਨਿਕਲਿਆ। ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ। ਨਾਂਹ ਦਾ ਮਤਲਬ ਇਹੀ ਹੈ ਕਿ ਅੰਤਰਿਮ ਜ਼ਮਾਨਤ ਸੁਮੇਧ ਸੈਣੀ ਨੂੰ ਨਹੀਂ ਮਿਲੇਗੀ ਪੰਜਾਬ ਹਰਿਆਣਾ ਹਾਈਕੋਰਟ ਤੋਂ ਅਤੇ ਹੁਣ ਸੁਮੇਧ ਸੈਣੀ ਦੀ ਫਾਈਲ ਕਿਸੇ ਹੋਰ ਬੈਂਚ ਕੋਲ ਭੇਜੇ ਜਾਣ ਲਈ ਹਾਈਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਦੇ ਮੂਹਰੇ ਇਹ ਫਾਈਲ ਰੱਖੀ ਜਾਏਗੀ। ਹਾਈਕੋਰਟ ਨੇ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਤੋਂ ਪੱਲਾ ਝਾੜਿਆ ਤਾਂ ਹੁਣ ਇਹ ਜ਼ਾਹਿਰ ਤੌਰ 'ਤੇ ਗ੍ਰਿਫਤਾਰ ਕੀਤੇ ਜਾ ਸਕਣਗੇ, ਯਾਨੀ ਕਿ ਸੁਮੇਧ ਸੈਣੀ ਦੀ ਗ੍ਰਿਫਤਾਰੀ ਪੱਕੀ ਹੈ। ਪੰਜਾਬ ਪੁਲਿਸ ਦੀਆਂ ਕਈ ਟੀਮਾਂ ਲੱਗੀਆਂ ਹੋਈਆਂ ਨੇ, ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਸੁਮੇਧ ਸੈਣੀ ਆਪਣੇ ਪਰਿਵਾਰ ਸਮੇਤ ਰੂਪੋਸ਼ ਹੋ ਗਏ ਨੇ, Z+ ਸੁਰੱਖਿਆ ਛੱਤਰੀ ਛੱਡ ਕੇ ਰੂਪੋਸ਼ ਹੋ ਗਏ ਨੇ। ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਤਾਂ ਸੁਰੱਖਿਆ ਛੱਤਰੀ ਦਿੱਤੀ ਹੋਈ ਹੈ, ਸੁਰੱਖਿਆ ਛੱਤਰੀ ਦੇ ਵਿੱਚ ਸੁਮੇਧ ਸੈਣੀ ਨੂੰ ਕੁਛ ਨਹੀਂ ਹੋ ਸਕਦਾ, ਪਰ ਸੁਮੇਧ ਸੈਣੀ ਨੂੰ ਕੈਪਟਨ ਸਾਹਿਬ ਦੀ ਸੁਰੱਖਿਆ ਛੱਤਰੀ 'ਤੇ ਯਕੀਨ ਨਹੀਂ ਰਿਹਾ, ਇਸ ਕਰਕੇ ਸੁਮੇਧ ਸੈਣੀ ਲਾਪਤਾ ਹੈ, ਪਰਿਵਾਰ ਸਮੇਤ ਕਿਸੇ ਵੀ ਘਰ ਦੇ ਵਿੱਚ ਸੈਣੀ ਨਹੀਂ ਲੱਭ ਰਿਹਾ। ਅਗਲੀ ਖਬਰ ਹੈ ਦਿੱਲੀ ਦੇ ਵਿੱਚ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਵੱਡੀ ਪੱਧਰ 'ਤੇ। ਉਸ ਕਤਲੇਆਮ ਦੇ ਵਿੱਚ ਇੱਕ ਮੁੱਖ ਦੋਸ਼ੀ ਸੱਜਣ ਕੁਮਾਰ, ਕਾਂਗਰਸ ਦਾ ਸਾਬਕਾ ਲੀਡਰ ਹੈ ਇਹ, ਉਸ ਦੀ ਜ਼ਮਾਨਤ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਹੈ ਸਰਵ ਉੱਚ ਅਦਾਲਤ ਨੇ। ਦੋਸ਼ੀ ਨੇ ਮਾੜੀ ਸਿਹਤ ਦਾ ਹਵਾਲਾ ਦੇ ਕੇ ਅਰਜ਼ੀ ਦਿੱਤੀ ਸੀ, ਪਰ ਚੀਫ ਜਸਟਿਸ SA ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਇਸ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਸੀਨੀਅਰ ਵਕੀਲ ਵਿਕਾਸ ਸਿੰਘ ਨੇ ਸੱਜਣ ਕੁਮਾਰ ਵੱਲੋਂ ਪੇਸ਼ ਹੁੰਦਿਆਂ ਸਿਹਤ ਦੇ ਆਧਾਰ 'ਤੇ ਅੰਤਰਿਮ ਜ਼ਮਾਨਤ ਮੰਗੀ
ਚੁੱਕੀ ਸੀ ਪਰ ਪੀੜਤਾਂ ਦੇ ਜਿਹੜੇ ਵਕੀਲ ਸੀਨੀਅਰ ਐਡਵੋਕੇਟ ਐਚ ਐਸ ਫੂਲਕਾ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਇਲਾਜ ਦੀ ਜ਼ਰੂਰਤ ਹੈ ਉਹ ਸੱਜਣ ਕੁਮਾਰ ਨੂੰ ਪਹਿਲਾਂ ਹੀ ਮਿਲ ਰਿਹਾ ਇਸ ਕਰਕੇ ਇਹਨੂੰ ਜ਼ਮਾਨਤ ਦੀ ਲੋੜ ਨਹੀਂ ਹੈ। ਖਬਰ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਹੈ ਜਿੱਥੇ ਸਤਿਕਾਰ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਇਸ ਮਾਮਲੇ ਦੀ ਨਿਆਇਕ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਮੀਂਹ ਪੈਂਦੇ ਦੌਰਾਨ ਹੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਸੰਕੇਤਕ ਧਰਨਾ ਦਿੱਤਾ ਅਤੇ ਉਸ ਤੋਂ ਬਾਅਦ ਡੀਸੀ ਦਫ਼ਤਰ ਦੇ ਵਿੱਚ ਮੰਗ ਪੱਤਰ ਸੌਂਪਿਆ ਜਿਹੜਾ ਕਿ ਪੰਜਾਬ ਸਰਕਾਰ ਦੇ ਨਾਂ ਭੇਜਿਆ ਗਿਆ ਹੈ। ਔਰ ਇਸ ਰੋਸ ਧਰਨੇ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਲੀਡਰ ਬਲਵੀਰ ਸਿੰਘ ਮੁੱਛਲ ਵੀ ਸ਼ਾਮਿਲ ਸਨ, ਜਿਨ੍ਹਾਂ ਦਾ ਨਾਮ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇਹਨਾਂ ਦੀ ਕਮੇਟੀ ਲੋਕਾਂ ਦੇ ਘਰਾਂ ਦੇ ਵਿੱਚੋਂ ਚੁੱਕ ਕੇ ਲਿਆਉਂਦੀ ਹੈ ਤੇ ਜਲੰਧਰ ਦੇ ਇੱਕ ਪਰਿਵਾਰ ਨੇ ਜਦੋਂ ਮੀਡੀਆ ਦੇ ਵਿੱਚ ਲਿਆਂਦਾ ਸੀ ਕਿ ਜਿਹੜਾ ਪੁਰਾਤਨ ਸਰੂਪ ਬਲਵੀਰ ਸਿੰਘ ਮੁੱਛਲ ਹੋਣੀ ਚੁੱਕ ਕੇ ਲੈ ਗਏ ਸੀ ਤੇ ਹੁਣ ਦੇ ਨਹੀਂ ਰਹੇ, ਪਰ ਇਹ ਪਿਛਲੇ ਦਿਨੀ ਸਰੂਪ ਉਹਨਾਂ ਦੇ ਘਰ ਪਹੁੰਚਾਇਆ ਸੀ। ਇਹ ਵੀ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਸੀਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਐਲਾਨ ਕਰ ਦਿੱਤਾ ਇੱਕ ਹੋਰ ਰਾਹਤ ਭਰਿਆ ਕਿ ਚੰਡੀਗੜ੍ਹ ਦੇ ਵਿੱਚ 16 ਸਤੰਬਰ ਤੋਂ ਅੰਤਰਰਾਜੀ ਬੱਸ ਸੇਵਾ ਸ਼ੁਰੂ ਹੋ ਜਾਏਗੀ। ਬੱਸ ਦੀ ਟਿਕਟ ਹੈ ਜਿਹੜੀ ਔਨਲਾਈਨ ਤੁਸੀਂ ਲੈ ਸਕਦੇ ਹੋ ਜਾਂ ਫਿਰ ਬੱਸ ਦੇ ਅੰਦਰ ਹੀ ਮਿਲੇਗੀ। ਦੂਸਰੇ ਸੂਬਿਆਂ ਦੇ ਵਿੱਚੋਂ ਹੁਣ ਬੱਸਾਂ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਸਕਦੀਆਂ ਨੇ। ਪਹਿਲਾਂ ਇਹਨਾਂ ਬੱਸਾਂ ਦੇ ਉੱਤੇ ਰੋਕ ਸੀ, ਸਿਰਫ ਜ਼ੀਰਕਪੁਰ ਤੱਕ ਹੀ ਬੱਸਾਂ ਆ ਸਕਦੀਆਂ ਸੀ। ਹੁਣ ਪੰਜਾਬ, ਹਰਿਆਣਾ, ਹਿਮਾਚਲ ਕਿਸੇ ਵੀ ਸੂਬੇ ਤੋਂ ਚੰਡੀਗੜ੍ਹ ਦੇ ਵਿੱਚ ਬੱਸਾਂ ਦਾਖਲ ਹੋ ਸਕਦੀਆਂ ਨੇ। ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਵੀ ਕਿਹਾ ਹੈ ਕਿ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਯਾਨੀ ਕਿ CTU ਦੀਆਂ ਬੱਸਾਂ ਨੇ ਜਿਹੜੀਆਂ ਉਹ 50% ਸਵਾਰੀਆਂ ਨਾਲ ਹੀ ਚੱਲ ਸਕਣਗੀਆਂ। ਅਗਲੀ ਅਹਿਮ ਖਬਰ ਸ਼੍ਰੀ ਮੁਕਤਸਰ ਸਾਹਿਬ ਤੋਂ ਹੈ ਜਿੱਥੇ ਸੜਕਾਂ ਦੇ ਉੱਤੇ 80 ਸਾਲਾ ਬਜ਼ੁਰਗ ਮਾਂ ਨੂੰ ਜਿਹੜੇ ਪੁੱਤਾਂ ਨੇ ਬੇਰਹਿਮੀ ਦੇ ਨਾਲ ਛੱਡ ਦਿੱਤਾ ਸੀ, ਹੁਣ ਉਹਨਾਂ ਦਾ ਹਿਸਾਬ ਕਿਤਾਬ ਕਾਨੂੰਨ ਕਰ ਰਿਹਾ ਹੈ ਕਿਉਂਕਿ ਮਾਂ ਹੈ ਜਿਹੜੀ ਉਹ ਤਾਂ ਦੁਨੀਆਂ ਛੱਡ ਕੇ ਜਾ ਚੁੱਕੀ ਹੈ। ਉਸ ਤੋਂ ਬਾਅਦ ਹੀ ਇਹ ਜਿਹੜਾ ਮਸਲਾ ਦੁਨੀਆਂ ਦੇ ਸਾਹਮਣੇ ਆਇਆ ਸੀ। ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ ਛੋਟਾ ਪੁੱਤਰ ਜਿਹੜਾ ਸਰਕਾਰੀ ਮੁਲਾਜ਼ਮ ਹੈ ਉਹਦੇ ਖਿਲਾਫ਼ ਦਫ਼ਾ 304 ਦੇ ਅਧੀਨ ਕਾਰਵਾਈ ਕੀਤੀ ਹੈ, ਪਰਚਾ ਦਰਜ ਕੀਤਾ ਹੈ। ਇਹ ਪਰਚਾ ਹੁੰਦਾ ਹੈ ਗੈਰ ਇਰਾਦਤਨ ਕਤਲ ਦਾ ਪਰਚਾ। ਬਜ਼ੁਰਗ ਮਾਂ ਦੇ ਕੇਅਰ ਟੇਕਰ ਨੂੰ ਵੀ ਇਸ ਮਾਮਲੇ ਦੇ ਵਿੱਚ ਮੁਲਜ਼ਮ ਬਣਾਇਆ ਗਿਆ, ਉਸਦੇ ਖਿਲਾਫ਼ ਵੀ ਧਾਰਾ 304 ਲਾਈ ਗਈ ਹੈ ਅਤੇ ਇਹ DC ਨੇ ਜਾਂਚ ਰਿਪੋਰਟ ਦਿੱਤੀ ਹੈ। ਉਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ, ਕਾਨੂੰਨੀ ਕਾਰਵਾਈ, ਅਤੇ ਹੁਣ ਪੁਲਿਸ ਇਹਨਾਂ ਨੂੰ ਭਾਲਦੀ ਫਿਰਦੀ ਹੈ ਕਿ ਬਜ਼ੁਰਗ ਮਾਂ ਦਾ ਜਿਹੜਾ ਇਹ ਸਰਕਾਰੀ ਮੁਲਾਜ਼ਮ ਪੁੱਤਰ ਹੈਗਾ, ਅਫਸਰ ਹੈਗਾ ਜਿਹੜਾ, ਉਸ ਨੂੰ ਕਿਤੋਂ ਲੱਭ ਕੇ ਅਤੇ ਗ੍ਰਿਫਤਾਰ ਕਰ ਸਕੇ। ਪੂਰੀ ਰੇਡ ਹੈ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੋਵਾਂ ਨੂੰ ਫੜਨ ਦੇ ਲਈ। ਪੰਜਾਬ ਦੇ ਵਿੱਚ ਕੋਰੋਨਾ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਨੇ। ਇਕੱਠ ਨਾ ਕਰਨ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਾਈ ਗਈ ਹੈ। ਧਾਰਾ 144 ਲਾਗੂ ਕੀਤੀ ਗਈ ਹੈ, ਬਾਵਜੂਦ ਇਸਦੇ ਇਕੱਠ ਲਗਾਤਾਰ ਹੋ ਰਹੇ ਨੇ, ਉਹ ਵੀ ਸਿਆਸੀ ਪਾਰਟੀਆਂ ਦੀ ਅਗਵਾਈ ਦੇ ਵਿੱਚ ਹੋ ਰਹੇ ਨੇ। ਖਬਰ ਪਠਾਨਕੋਟ ਤੋਂ ਹੈ ਜਿੱਥੇ 2 ਸਤੰਬਰ ਨੂੰ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਵੱਡਾ ਇਕੱਠ ਕੀਤਾ ਸੀ, ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਸੀ ਵਜ਼ੀਫਾ ਘੁਟਾਲੇ ਨੂੰ ਲੈ ਕੇ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ ਸੀ ਅਤੇ ਹੁਣ ਪੰਜਾਬ ਪੁਲਿਸ ਨੇ ਆਪਣੀ ਕਾਰਵਾਈ ਕਰਦਿਆਂ 77 ਲੋਕਾਂ ਦੇ ਖਿਲਾਫ਼ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਦੱਸਿਆ ਕਿ ਅਸੀਂ ਵਰਕਰਾਂ ਨੂੰ ਰੋਕਿਆ ਵੀ ਸੀ ਪਰ ਅਕਾਲੀ ਦਲ ਦੇ ਵਰਕਰ ਨਹੀਂ ਮੰਨੇ, ਆਪਣਾ ਰੋਸ ਵਿਖਾਵਾ ਕਰਦੇ ਰਹੇ, ਇਸ ਕਰਕੇ ਹੁਣ ਕਾਨੂੰਨੀ ਕਾਰਵਾਈ ਕਰਨੀ ਹੀ ਪੈਣੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੇਤਾਵਨੀ ਦਿੱਤੀ ਸੀ ਕਿ ਸਾਨੂੰ ਤੁਹਾਡੇ ਆਕਸੀਮੀਟਰਾਂ ਦੀ ਲੋੜ ਨਹੀਂ ਹੈਗੀ, ਤੁਸੀਂ ਆਪਣੀ ਦਿੱਲੀ ਦਾ ਧਿਆਨ ਰੱਖੋ, ਤੁਸੀਂ ਪੰਜਾਬ ਦੇ ਵਿੱਚ ਦਖਲਅੰਦਾਜ਼ੀ ਨਾ ਕਰੋ। ਇਹ ਵੀ ਇਲਜ਼ਾਮ ਲਾਇਆ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਹੈਗੇ ਨੇ ਉਹ ਅਫਵਾਹਾਂ ਫੈਲਾ ਰਹੇ ਨੇ, ਜਿਸ ਤੋਂ ਬਾਅਦ ਪੰਜਾਬ ਦੇ ਜਿਹੜੇ ਲੋਕ ਨੇ ਉਹ ਸਿਹਤ ਵਿਭਾਗ ਦੇ ਖਿਲਾਫ਼ ਖੜੇ ਹੋ ਗਏ ਨੇ ਅਤੇ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੇ ਜਵਾਬ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਦਾ, ਕਿਹਾ ਕਿ ਪੰਜਾਬ ਕਿਸੇ ਬਾਪ ਦੀ ਜਾਗੀਰ ਨਹੀਂ ਹੈਗੀ। ਇਹ ਹਰਪਾਲ ਸਿੰਘ ਚੀਮਾ ਜਿਹੜੇ ਕਿ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਨੇ ਕਿਹਾ ਅਤੇ ਭਗਵੰਤ ਮਾਨ ਜਿਹੜੇ ਕਿ ਸੰਗਰੂਰ ਤੋਂ MP ਨੇ ਅਤੇ ਪਾਰਟੀ ਦੇ ਪ੍ਰਧਾਨ ਵੀ ਨੇ ਪੰਜਾਬ ਦੇ ਵਿੱਚ, ਉਹਨਾਂ ਨੇ ਵੀ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਦੇਸ਼ ਧਰੋਹੀ ਜਾਂ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਮਿਲ ਕੇ ਅਫਵਾਹਾਂ ਫੈਲਾਉਣ ਵਰਗੇ ਕੈਪਟਨ ਸਾਹਿਬ ਦੇ ਦੋਸ਼ ਬੇਤੁਕੇ ਅਤੇ ਬੇਲੋੜੇ ਹਨ। ਇੱਕ ਚੁਣੇ ਹੋਏ ਮੁੱਖ ਮੰਤਰੀ ਬਾਰੇ ਅਜਿਹੀਆਂ ਬੇਤੁਕੀਆਂ ਗੱਲਾਂ ਨਾ ਕਰੋ। ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਤੁਹਾਡੇ ਵਿਦੇਸ਼ੀ ਮਹਿਮਾਨ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਦੇ ਨੇ, ਸਰਕਾਰੀ ਕੰਮਾਂ 'ਚ ਦਖਲਅੰਦਾਜ਼ੀ ਕਰਦੇ ਨੇ, ਇਹ ਗੱਲਾਂ ਸਾਰਾ ਆਲਮ ਜਾਣਦਾ। ਆਲਮ ਦਾ ਮਤਲਬ ਅਤੇ ਵਿਦੇਸ਼ੀ ਮਹਿਮਾਨ ਦਾ ਮਤਲਬ ਇੱਥੇ ਇਹੀ ਨਿਕਲਦਾ ਕਿ ਅਰੁਸਾ ਆਲਮ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਹੈ, ਪੰਜਾਬ ਦੇ ਵਿੱਚ ਰਹਿੰਦੇ ਨੇ ਉਹ ਕਈ ਸਾਲਾਂ ਤੋਂ ਅਤੇ
ਕਈ ਵਾਰੀ ਸੁਖਪਾਲ ਖਹਿਰਾ ਵੀ ਉਹਨਾਂ ਬਾਰੇ ਖੁੱਲ ਕੇ ਬੋਲ ਚੁੱਕੇ ਨੇ ਤੇ ਅਰੂਸਾ ਆਲਮ ਕਹਿੰਦੇ ਜਦੋਂ ਇੱਥੇ ਰਹਿੰਦੇ ਨੇ ਵਿਦੇਸ਼ੀ ਮਹਿਮਾਨ ਤੁਹਾਡੇ ਰਹਿੰਦੇ ਨੇ ਤਾਂ ਤੁਸੀਂ ਦੂਸਰਿਆਂ ਦੇ ਬਾਰੇ ਅਜਿਹੀਆਂ ਬੇਤੁਕੀਆਂ ਗੱਲਾਂ ਨਹੀਂ ਕਰ ਸਕਦੇ ਕਿਉਂਕਿ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਪਾਕਿਸਤਾਨੀ ਵਿਰੋਧੀ ਤਾਕਤਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਜੋੜਿਆ ਗਿਆ ਸੀ। ਵਜ਼ੀਫਾ ਘੁਟਾਲੇ ਦੀ ਗੱਲ ਕਰ ਲਈਏ ਜਿਸ ਨੂੰ ਲੈ ਕੇ ਸਿਆਸਤ ਹੁਣ ਭਖੀ ਹੋਈ ਹੈ ਤਾਂ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਮਾਮਲੇ ਦੇ ਵਿੱਚ 3 IAS ਅਧਿਕਾਰੀਆਂ ਦਾ ਪੈਨਲ ਬਣਾ ਦਿੱਤਾ ਹੈ ਜਾਂਚ ਨੂੰ ਲੈ ਕੇ। ਵਿਨੀ ਮਹਾਜਨ ਨੇ ਪ੍ਰਿੰਸੀਪਲ ਸਕੱਤਰ ਫਾਈਨਾਂਸ KSP ਸਿਨਹਾ, ਪ੍ਰਿੰਸੀਪਲ ਸਕੱਤਰ ਪਲੈਨਿੰਗ ਜਸਪਾਲ ਸਿੰਘ, ਸਕੱਤਰ ਵਿਜੀਲੈਂਸ ਵਿਵੇਕ ਪ੍ਰਤਾਪ ਸਿੰਘ ਨੂੰ ਇਸ ਜਾਂਚ ਕਮੇਟੀ ਦੇ ਵਿੱਚ ਮੈਂਬਰ ਬਣਾਇਆ, ਇਸ ਪੈਨਲ ਦੇ ਵਿੱਚ ਮੈਂਬਰ ਬਣਾਇਆ ਜਿਹੜੇ ਕਿ ਇਸ ਕਰੋੜਾਂ ਦੇ ਘੁਟਾਲੇ ਦੀ ਜਾਂਚ ਕਰਨਗੇ। 3 ਦਿਨਾਂ ਦੇ ਅੰਦਰ ਅੰਦਰ ਵਿਨੀ ਮਹਾਜਨ ਨੇ ਰਿਪੋਰਟ ਮੰਗੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 27 August ਨੂੰ ACS ਦੀ ਜਾਂਚ ਰਿਪੋਰਟ ਦੀ ਜਾਂਚ ਚੀਫ ਸਕੱਤਰ ਨੂੰ ਸੌਂਪੀ ਗਈ ਸੀ ਤੇ ਜੇ ਵਿਰੋਧੀ ਧਿਰਾਂ ਦੀ ਗੱਲ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਹੈ ਜਿਹੜੇ ਉਹ CBI ਨੂੰ ਇਸ ਕੇਸ ਦੀ ਜਾਂਚ ਸੌਂਪਣ ਦੀ ਮੰਗ ਕਰ ਰਹੇ ਨੇ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਦੀ ਜਾਂਚ CBI ਕਰੇ। ਇਸ ਦੇ ਨਾਲ ਹੀ ਕਾਂਗਰਸ ਦੇ ਜਿਹੜੇ ਬਾਗੀ ਰਾਜ ਸਭਾ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਨੇ ਵੀ ਕਿਹਾ ਸੀ ਕਿ ਚੀਫ ਸਕੱਤਰ ਦੀ ਜਾਂਚ ਦੇ ਉੱਤੇ ਸਾਨੂੰ ਕੋਈ ਭਰੋਸਾ ਨਹੀਂ, CBI ਤੋਂ ਜਾਂਚ ਕਰਵਾਓ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹ ਕਹਿੰਦੇ ਨੇ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅਹੁਦੇ ਤੋਂ ਲਾ ਕੇ ਜੇਲ੍ਹ ਭੇਜਿਆ ਜਾਵੇ, ਇਹ ਮੰਗ ਕੀਤੀ ਹੈ, ਵੱਡਾ ਹਮਲਾ ਕੀਤਾ ਹੈ। ਕਿਹਾ ਕਿ ਕਰਨ ਅਵਤਾਰ ਸਿੰਘ ਜਦੋਂ ਚੀਫ ਸੈਕਟਰੀ ਹੁੰਦਾ ਸੀ ਤਾਂ ਇਸ ਘਪਲੇ ਵਿੱਚ ਉਸਨੇ ਡਿਪਟੀ ਡਾਇਰੈਕਟਰ PS ਗਿੱਲ ਨੂੰ ਸਸਪੈਂਡ ਕਰ ਦਿੱਤਾ ਸੀ ਤਾਂ ਫਿਰ ਇਸੇ ਮੰਤਰੀ ਨੇ ਸਾਧੂ ਸਿੰਘ ਧਰਮਸੋਤ ਨੇ 3 ਦਿਨਾਂ ਦੇ ਅੰਦਰ ਅੰਦਰ ਉਸਨੂੰ ਮੁੜ ਬਹਾਲ ਕਰਵਾ ਦਿੱਤਾ ਸੀ। ਯਾਨੀ ਕਿ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਸਾਧੂ ਸਿੰਘ ਧਰਮਸੋਤ ਅਤੇ PS ਗਿੱਲ ਨੇ ਮਿਲ ਕੇ ਇਹ ਘੁਟਾਲਾ ਕੀਤਾ ਹੈ ਜਿਹੜਾ ਕਿ ਕਰੋੜਾਂ ਦਾ ਘੁਟਾਲਾ ਹੈ ਤੇ ਸ਼ਰਮ ਦੀ ਗੱਲ ਹੈ ਕਿ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਦੇ ਨਾਲ ਜੁੜਿਆ ਹੋਇਆ। ਨੀਟ ਤੇ JEE ਪ੍ਰੀਖਿਆਵਾਂ ਰੱਦ ਕਰਵਾਉਣ ਦੇ ਲਈ ਤੁਹਾਨੂੰ ਯਾਦ ਹੋਵੇਗਾ ਕਿ ਸੁਪਰੀਮ ਕੋਰਟ ਦੇ ਵਿੱਚ 6 ਸੂਬੇ ਪਹੁੰਚੇ ਸੀ ਜਿਨ੍ਹਾਂ ਦੇ ਵਿੱਚ ਪੰਜਾਬ ਵੀ ਸ਼ਾਮਲ ਸੀ। ਪੱਛਮੀ ਬੰਗਾਲ, ਮਹਾਰਾਸ਼ਟਰ, ਝਾਰਖੰਡ, ਰਾਜਸਥਾਨ, ਛੱਤੀਸਗੜ੍ਹ ਤੇ ਪੰਜਾਬ ਦੇ ਮੰਤਰੀਆਂ ਦੇ ਵੱਲੋਂ ਇਸ ਤੇ ਮੁੜ ਵਿਚਾਰ ਕਰਨ ਦੇ ਲਈ ਅਪੀਲ ਪਾਈ ਗਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਸੂਬਿਆਂ ਨੇ ਕਿਹਾ ਸੀ ਕਿ COVID-19 ਦੇ ਖਤਰੇ ਭਰੇ ਮਾਹੌਲ ਦੇ ਵਿੱਚ ਇਹ ਪ੍ਰੀਖਿਆਵਾਂ ਨਹੀਂ ਕਰਵਾਈਆਂ ਜਾਣੀਆਂ ਚਾਹੀਦੀਆਂ, ਇਹਨਾਂ ਨੂੰ ਮੁਲਤਵੀ ਕਰ ਦਿੱਤਾ ਜਾਵੇ, ਪਰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਰੱਦ 4 September ਨੂੰ ਕੀਤਾ ਗਿਆ ਪਰ ਪ੍ਰੀਖਿਆ ਜਿਹੜੀ 1 September ਤੋਂ ਹੀ ਸ਼ੁਰੂ ਹੋ ਚੁੱਕੀ ਹੈ ਪੂਰੇ ਭਾਰਤ ਦੇ ਵਿੱਚ। ਵਿਦਿਆ ਵਿਚਾਰੀ ਤਾਂ ਪਰੇ ਉਪਕਾਰੀ, ਗੱਲ ਕਰਾਂਗੇ ਪੰਜਾਬ ਦੇ ਉਸ ਅਧਿਆਪਕ ਦੀ ਜਿਸਨੇ ਗੁਰਬਾਣੀ ਦੀਆਂ ਇਹਨਾਂ ਤੁਕਾਂ ਨੂੰ ਸ਼ਾਇਦ ਦ੍ਰਿੜ ਕਰਵਾਇਆ ਹੈ ਤਾਂ ਹੀ ਉਹਨਾਂ ਦੀ ਪੂਰੇ ਪੰਜਾਬ ਦੇ ਵਿੱਚੋਂ ਕੌਮੀ ਪੁਰਸਕਾਰ ਦੇ ਲਈ ਚੋਣ ਹੋਈ ਹੈ। ਅਧਿਆਪਕ ਰਜਿੰਦਰ ਕੁਮਾਰ ਫਰੀਦਕੋਟ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਹਨ, ਉਹਨਾਂ ਦੀ ਇਕੱਲਿਆਂ ਦੀ ਚੋਣ ਹੋਈ ਹੈ ਅਧਿਆਪਕ ਦਿਹਾੜੇ ਤੇ ਕੌਮੀ ਪੁਰਸਕਾਰ ਦੇਣ ਦੇ ਲਈ। ਪੂਰੇ ਪੰਜਾਬ ਦੇ ਵਿੱਚੋਂ ਸਿਰਫ ਇੱਕ ਅਧਿਆਪਕ ਨੂੰ ਚੁਣਿਆ ਗਿਆ, ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈਕੇ ਦੇ ਅਧਿਆਪਕ ਨੇ ਰਜਿੰਦਰ ਕੁਮਾਰ, ਇਹਨਾਂ ਨੂੰ ਨੈਸ਼ਨਲ ਅਧਿਆਪਕ ਪੁਰਸਕਾਰ 2020 ਦਿੱਤਾ ਜਾਏਗਾ। ਪੂਰੇ ਭਾਰਤ ਦੇ ਵਿੱਚੋਂ 47 ਅਧਿਆਪਕ ਚੁਣੇ ਗਏ ਨੇ ਤੇ ਪੰਜਾਬ ਦੇ ਵਿੱਚੋਂ ਸਿਰਫ ਇਹੀ ਇਕਲੌਤੇ ਅਧਿਆਪਕ ਨੇ ਜਿਨ੍ਹਾਂ ਨੂੰ ਇਹ ਵੱਡਾ ਪੁਰਸਕਾਰ ਮਿਲੇਗਾ। 2008 ਦੇ ਵਿੱਚ ਅਧਿਆਪਕ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਸੀ ਇਹਨਾਂ ਨੇ। ਰਜਿੰਦਰ ਕੁਮਾਰ ਨੇ ਫਿਜ਼ਿਕਸ ਦੇ ਵਿੱਚ MSc ਤੇ BEd ਕੀਤੀ ਹੋਈ ਹੈ ਤੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਇਹਨਾਂ ਨੂੰ ਪੰਜਾਬ ਸਟੇਟ ਪੁਰਸਕਾਰ ਹੈ ਜਿਹੜਾ ਉਹ ਮਿਲ ਚੁੱਕਿਆ। ਵਾੜਾ ਭਾਈਕੇ ਸਕੂਲ ਦੀ ਇੱਕ ਵਿਲੱਖਣ ਦਿੱਖ ਹੈ ਜਿਹੜੀ ਉਹ ਇਹਨਾਂ ਨੇ ਬਣਾਈ ਹੈ। ਰਜਿੰਦਰ ਕੁਮਾਰ ਦੀ ਪਤਨੀ ਹਰਿੰਦਰ ਕੌਰ ਨੇ ਵੀ MSc ਫਿਜ਼ਿਕਸ ਤੇ BEd ਕੀਤੀ ਹੈ ਤੇ ਦੋਵੇਂ ਪਤੀ ਪਤਨੀ ਵਾੜਾ ਭਾਈਕੇ ਸਕੂਲ ਦੇ ਵਿੱਚ ਹੀ ਤੈਨਾਤ ਨੇ। ਰਜਿੰਦਰ ਕੁਮਾਰ ਨੇ ਸਕੂਲ ਦੇ ਵਿੱਚ ਸਾਊਂਡ ਸਿਸਟਮ ਤਿਆਰ ਕੀਤਾ ਹੈ ਜਿਸ ਦੀ ਬਾਜ਼ਾਰ ਵਿੱਚ ਕੀਮਤ 40,000 rupees ਹੈ, ਪਰ ਰਜਿੰਦਰ ਕੁਮਾਰ ਨੇ ਇਹ ਪ੍ਰੋਜੈਕਟ ਸਿਰਫ 1500 rupees 'ਚ ਤਿਆਰ ਕੀਤਾ ਤੇ ਇਸ ਤਕਨੀਕ ਦੇ ਨਾਲ ਅਧਿਆਪਕ ਇੱਕ ਕਮਰੇ ਵਿੱਚ ਬਹਿ ਕੇ ਸਕੂਲ ਦੇ ਸਾਰੇ ਕਮਰਿਆਂ ਦੀਆਂ ਕਲਾਸਾਂ ਨੂੰ ਸੰਬੋਧਨ ਕਰ ਸਕਦਾ ਹੈ। ਇੱਕ ਲਿਸਨਿੰਗ ਲੈਬ ਵੀ ਤਿਆਰ ਕੀਤੀ ਗਈ ਹੈ ਜਿਹਦੀ ਕੀਮਤ ਬਾਜ਼ਾਰ ਵਿੱਚ 35,000 ਹੈ, ਪਰ ਉਹਨਾਂ ਨੇ ਸਿਰਫ 1200 rupees ਦੇ ਵਿੱਚ ਲਿਸਨਿੰਗ ਲੈਬ ਤਿਆਰ ਕਰ ਦਿੱਤੀ ਹੈ। ਦੋਵਾਂ ਪਤੀ ਪਤਨੀ ਨੂੰ ਸਾਇੰਸ ਅਧਿਆਪਕ ਵਜੋਂ 2 times ਤਰੱਕੀ ਮਿਲੀ ਪਰ ਤਰੱਕੀ ਲੈਣ ਤੋਂ ਇਹਨਾਂ ਨੇ ਇਨਕਾਰ ਕਰ ਦਿੱਤਾ। ਇਹਨਾਂ ਦਾ ਸੁਪਨਾ ਸੀ ਕਿ ਅਸੀਂ ਇਸੇ ਪ੍ਰਾਇਮਰੀ ਸਕੂਲ ਦੇ ਵਿੱਚ ਹੀ ਰਹਿਣਾ ਹੈ ਅਤੇ ਇੱਥੋਂ ਦੇ ਬੱਚਿਆਂ ਦੇ ਲਈ ਵਧੀਆ ਪ੍ਰਬੰਧ ਦੇਣਾ ਹੈ ਸਕੂਲ ਦੇ ਵਿੱਚ, ਇਸੇ ਕਰਕੇ ਇਸ ਸਕੂਲ ਦੇ ਵਿੱਚ 7 ਪਿੰਡਾਂ ਦੇ ਬੱਚੇ ਨੇ ਜਿਹੜੇ ਉਹ ਪੜ੍ਹਨ ਦੇ ਲਈ ਆਉਂਦੇ ਨੇ ਕਿਉਂਕਿ ਸਕੂਲ ਦਾ ਪ੍ਰਬੰਧ ਬੇਹੱਦ ਵਿਲੱਖਣ ਹੈ। ਪੰਜਾਬ ਦੀ ਅਗਲੀ ਖਬਰ ਹੈ ਕਿ ਮੋਗਾ ਜ਼ਿਲ੍ਹੇ ਤੋਂ ਬਾਅਦ ਹੁਣ ਲੁਧਿਆਣਾ
ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਦੇ ਵਿੱਚ ਵੀ ਖਾਲਿਸਤਾਨ ਲਿਖਿਆ ਕੇਸਰੀ ਝੰਡਾ ਲਹਿਰਾਇਆ ਗਿਆ, ਜਿਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਈ। ਸਿਵਲ ਹਸਪਤਾਲ ਦੇ ਵਿੱਚ ਬਣੀ ਪਾਣੀ ਦੀ ਟੈਂਕੀ ਦੇ ਸਾਹਮਣੇ ਅਣਪਛਾਤੇ ਵਿਅਕਤੀਆਂ ਨੇ ਖਾਲਿਸਤਾਨ ਲਿਖਿਆ ਕੇਸਰੀ ਝੰਡਾ ਲਹਿਰਾ ਦਿੱਤਾ। ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਝੰਡਾ ਉਤਾਰਿਆ ਅਤੇ ਲੋਕਾਂ ਦੀ ਜਿਹੜੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਲੱਭਿਆ ਜਾ ਰਿਹਾ ਹੈ ਕਿ ਕਿਹਨਾਂ ਨੇ ਇਹ ਝੰਡਾ ਲਹਿਰਾਇਆ ਸੀ। ਪਿਛਲੇ 9 ਦਿਨਾਂ ਦੇ ਵਿੱਚ ਖਾਲਿਸਤਾਨ ਲਿਖਿਆ ਝੰਡਾ ਲਹਿਰਾਉਣ ਦੀ ਇਹ ਚੌਥੀ ਘਟਨਾ ਵਾਪਰੀ ਹੈ ਪੰਜਾਬ ਦੇ ਵਿੱਚ। ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ 4 ਸਤੰਬਰ ਤੋਂ ਅਤੇ 4 ਸਤੰਬਰ ਨੂੰ ਹੀ ਗੁਰਦੁਆਰਾ ਸਾਹਿਬ ਦੇ ਕਿਵਾੜ ਨੇ ਜਿਹੜੇ ਉਹ ਖੋਲ੍ਹ ਦਿੱਤੇ ਗਏ ਨੇ। ਪਹਿਲਾ ਜਿਹੜਾ ਜਥਾ ਹੈ ਹੇਮਕੁੰਡ ਸਾਹਿਬ ਵਿਖੇ ਪਹੁੰਚ ਚੁੱਕਿਆ। ਹੇਮਕੁੰਡ ਸਾਹਿਬ ਵਿਖੇ ਇਸ ਯਾਤਰਾ ਦੇ ਦੌਰਾਨ ਜਿਹੜਾ ਮੁੱਖ ਗੁਰਦੁਆਰਾ ਹੇਮਕੁੰਡ ਸਾਹਿਬ ਹੈ ਉੱਥੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ ਰੋਜ਼ਾਨਾ ਅਤੇ ਅਰਦਾਸ ਕੀਤੀ ਜਾਂਦੀ ਹੈ। ਪਹਿਲਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਦਰਸ਼ਨਾਂ ਲਈ ਜਾਂਦੀ ਸੀ, ਪਰ ਹੁਣ ਪਹਿਲੇ ਜਥੇ ਦੇ ਵਿੱਚ ਸਿਰਫ ਤੇ ਸਿਰਫ 100 ਸ਼ਰਧਾਲੂ ਹੀ ਪਹੁੰਚੇ ਨੇ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਅਸਰ ਇੰਨਾ ਜ਼ਿਆਦਾ ਹੈ ਕਿ ਗਿਣਤੀ ਵੀ ਘਟਾਈ ਗਈ ਹੈ। ਪ੍ਰਬੰਧਕਾਂ ਦੇ ਵੱਲੋਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ, ਨਵੇਂ ਨਿਯਮ ਵੀ ਜਾਰੀ ਕੀਤੇ ਗਏ ਨੇ। ਇਸ ਕਰਕੇ ਸੰਗਤ ਹੈ ਜਿਹੜੀ ਉਹ ਘੱਟ ਗਿਣਤੀ ਦੇ ਵਿੱਚ ਜਾ ਰਹੀ ਹੈ, ਜਿੱਥੇ ਇੱਕ ਇੱਕ ਦਿਨ ਦੇ ਵਿੱਚ ਪਹਿਲਾਂ ਹਜ਼ਾਰਾਂ ਵੱਧੀ ਗਿਣਤੀ ਹੁੰਦੀ ਸੀ ਉਹ ਸਿਰਫ 100 ਦੇ ਕਰੀਬ ਹੀ ਰਹੀ। ਪੰਜਾਬ ਦੀਆਂ ਖਬਰਾਂ ਦੇ ਵਿੱਚ ਜਾਂਦੇ ਜਾਂਦੇ ਕੁਝ ਕ੍ਰਾਈਮ ਦੀਆਂ ਨਿਊਜ਼ ਤੁਹਾਨੂੰ ਦੱਸ ਦਿੰਦੇ ਹਾਂ। ਹੁਸ਼ਿਆਰਪੁਰ ਦੇ ਨੇੜਲੇ ਪਿੰਡ ਭਾਗੋਵਾਲ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਵਿੱਚੋਂ ਦਿਨ ਦਿਹਾੜੇ ਨਕਾਬਪੋਸ਼ ਲੁਟੇਰੇ 5,70,000 ਰੁਪਏ ਲੁੱਟ ਕੇ ਫਰਾਰ ਹੋ ਗਏ। ਅੰਮ੍ਰਿਤਸਰ ਦੀ ਦਾਲ ਮੰਡੀ ਦੇ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਦੁਕਾਨਦਾਰ ਤੋਂ 2,00,000 ਰੁਪਏ ਲੁੱਟ ਲਏ। ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਘਟਨਾ। ਇਹਦੇ ਵਿੱਚ ਸਾਫ਼ ਦਿਖਾਈ ਦਿੰਦਾ ਕਿ 2 ਹਥਿਆਰਬੰਦ ਇੱਕ ਦੁਕਾਨ ਦੇ ਵਿੱਚ ਬੰਦੂਕ ਦੀ ਨੋਕ ਤੇ ਗੱਲੇ 'ਚੋਂ ਪੂਰਾ ਪੈਸਾ ਲੈ ਕੇ ਫਰਾਰ ਹੋ ਗਏ ਨੇ। ਕਸਬਾ ਕੋਟ ਈਸੇ ਖਾਂ ਮੋਗਾ ਜ਼ਿਲ੍ਹੇ ਦਾ ਕਸਬਾ ਹੈ, ਜਿੱਥੇ ਬੀਤੀ ਦੇਰ ਰਾਤ ਨਕਾਬਪੋਸ਼ ਨੌਜਵਾਨਾਂ ਨੇ ਜਿਮ ਸੰਚਾਲਕ ਦੇ ਉੱਤੇ ਤੇਜ਼ਧਾਰ ਹਥਿਆਰਾਂ ਅਤੇ ਬੇਸਬਾਲ ਬੱਲਿਆਂ ਨਾਲ ਹਮਲਾ ਕਰ ਦਿੱਤਾ ਅਤੇ ਹਮਲੇ 'ਚ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਨੇ। ਗੁਰਦਾਸਪੁਰ ਤੋਂ ਵੀ ਇੱਕ ਖਬਰ ਤੁਹਾਨੂੰ ਦੱਸ ਦਿੰਦੇ ਹਾਂ, ਜਿੱਥੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੂੰ 6 ਮਹੀਨਿਆਂ ਬਾਅਦ ਮੁੜ ਆਪਣੇ ਹਲਕੇ ਦਾ ਚੇਤਾ ਆਇਆ। ਫਰਵਰੀ 15 ਨੂੰ ਪਹਿਲਾਂ ਉਹ ਆਏ ਸੀ, ਇਸ ਤੋਂ ਪਹਿਲਾਂ ਅਤੇ ਹੁਣ ਦੁਬਾਰਾ ਪਹੁੰਚੇ ਨੇ। ਦੂਸਰਾ ਦੌਰਾ ਹੈਗਾ, ਡੀਸੀ ਨਾਲ ਮੀਟਿੰਗ ਕੀਤੀ, ਜਾਣਕਾਰੀ ਲਈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਲੜਨ ਲਈ ਲੋਕਾਂ ਦੇ ਸਿਹਤ ਇੰਤਜ਼ਾਮਾਂ ਦਾ ਕੀ ਪ੍ਰਬੰਧ ਹੈ। ਜਾਂਦੇ ਜਾਂਦੇ ਇੱਕ ਹੋਰ ਅਹਿਮ ਖਬਰ ਦੱਸ ਦਈਏ ਕਿ ਪੰਜਾਬ ਵਿੱਚ ਹੁਣ ਕਿਸੇ ਨੂੰ ਵੀ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ। 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਲਾਗੂ ਕਰਨ ਦਾ ਹੁਣ ਸਰਕਾਰੀ ਖਜ਼ਾਨੇ 'ਤੇ ਕੋਈ ਬੋਝ ਨਹੀਂ ਪਵੇਗਾ, ਕਿਉਂਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਭੱਤਾ ਲੈਣ ਦਾ ਕੋਈ ਯੋਗ ਲਾਭਪਾਤਰੀ ਬਚਿਆ ਹੀ ਨਹੀਂ, ਕਿਉਂਕਿ ਪੰਜਾਬ ਸਰਕਾਰ ਦੇ ਨਿਯਮ ਇੰਨੇ ਸਖਤ ਹੈਗੇ ਨੇ। ਆਖਰੀ ਹੱਕਦਾਰ ਸੀ ਜਿਹੜਾ, ਉਹਦਾ ਭੱਤਾ ਵੀ ਹੁਣ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ। ਰੁਜ਼ਗਾਰ ਦਫ਼ਤਰਾਂ ਵਿੱਚ ਇਸ ਵਕਤ 2,63,637 ਬੇਰੁਜ਼ਗਾਰ ਰਜਿਸਟਰਡ ਨੇ, ਪਰ ਇਹਨਾਂ ਵਿੱਚੋਂ ਕਿਸੇ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਦੇ ਰਹੀ ਸਰਕਾਰ। ਮੋਗਾ ਜ਼ਿਲ੍ਹੇ ਦੇ ਪਿੰਡ ਡਗਰੂ ਦਾ 12ਵੀਂ ਪਾਸ ਬੇਰੁਜ਼ਗਾਰ ਨੌਜਵਾਨ ਸੰਦੀਪ ਸਿੰਘ ਸੀਗਾ, ਇਹਨੂੰ ਹੁਣ ਆਖਰੀ ਵਾਰੀ ਭੱਤਾ ਮਿਲਿਆ ਸੀ, ਪਰ ਹੁਣ ਅਧਿਕਾਰੀਆਂ ਨੇ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਇਸਨੇ ਆਪਣਾ ਬੇਰੁਜ਼ਗਾਰੀ ਜਿਹੜਾ ਕਾਰਡ ਹੈ ਉਹ ਰੀਨਿਊ ਹੀ ਨਹੀਂ ਕਰਵਾਇਆ। ਰੁਜ਼ਗਾਰ ਅਫਸਰ ਮੋਗਾ ਜ਼ਿਲ੍ਹਾ ਦੀ ਜਿਹੜੀ ਪਰਮਿੰਦਰ ਕੌਰ, ਉਹਨੇ ਦੱਸਿਆ ਹੈ ਸੰਦੀਪ ਸਿੰਘ ਦੇ ਘਰੇਲੂ ਹਾਲਾਤ ਨੇ ਜਿਹੜੇ ਉਹ ਠੀਕ ਨਹੀਂ ਹੈਗੇ। ਪਿਤਾ ਦੀ ਮੌਤ ਹੋ ਗਈ ਸੀ, ਨਾਨਕੇ ਘਰ ਰਹਿਣ ਲੱਗਿਆ, ਇਕਲੌਤੇ ਮਾਮੇ ਦੀ ਵੀ ਮੌਤ ਹੋ ਗਈ ਸੀ, ਨਾਨਾ ਨਾਨੀ ਬੱਚੇ ਨੇ ਜਿਹੜੇ ਨੇਤਰਹੀਣ ਨੇ, ਉਹਨਾਂ ਦੀ ਦੇਖਭਾਲ ਕਰਨ ਦੇ ਲਈ ਸਿਰਫ਼ ਤੇ ਸਿਰਫ 150 ਰੁਪਏ ਪ੍ਰਤੀ ਮਹੀਨਾ ਭੱਤਾ ਮਿਲਦਾ ਸੀਗਾ ਸੰਦੀਪ ਸਿੰਘ ਨੂੰ, ਤੇ ਉਹ ਵੀ ਹੁਣ ਸਰਕਾਰ ਨੇ ਦੇਣਾ ਬੰਦ ਕਰ ਦਿੱਤਾ। ਦਰਅਸਲ ਸਰਕਾਰ ਦੇ ਜਿਹੜੇ ਸ਼ਰਤਾਂ ਨੇ ਉਹ ਬੜਾ ਵੱਡਾ ਅੜਿੱਕਾ ਨੇ। ਸਰਕਾਰ ਦੇ ਮੁਤਾਬਿਕ ਬੇਰੁਜ਼ਗਾਰੀ ਭੱਤਾ ਲੈਣ ਦੇ ਲਾਇਕ ਉਹੀ ਨੌਜਵਾਨ ਯੋਗ ਹੈਗੇ ਨੇ ਜਿਨ੍ਹਾਂ ਦੀ ਪਰਿਵਾਰਿਕ ਆਮਦਨ ਪ੍ਰਤੀ ਮਹੀਨਾ 1,000 ਤੋਂ ਵੱਧ ਨਾ ਹੋਵੇ, ਯਾਨੀ ਕਿ ਇੱਕ ਦਿਨ ਦੇ ਵਿੱਚ 33 ਰੁਪਏ ਤੋਂ ਵੱਧ ਨਾ ਕਮਾਉਂਦਾ ਹੋਵੇ ਪਰਿਵਾਰ, ਪੂਰਾ ਪਰਿਵਾਰ। 11 ਜਨਵਰੀ 1979 ਨੂੰ ਇਹ ਨਿਯਮ ਬਣਾਏ ਸੀਗੇ ਕਿ ਇਹਨਾਂ ਵਿੱਚ 1,000 ਰੁਪਏ ਪ੍ਰਤੀ ਮਹੀਨੇ ਵਾਲੀ ਆਮਦਨ ਦੀ ਸ਼ਰਤ ਰੱਖੀ ਸੀ ਜਿਹੜੀ ਹੁਣ ਤੱਕ ਲਾਗੂ ਹੈ। ਇਹਨਾਂ ਸ਼ਰਤਾਂ ਨੂੰ ਨਹੀਂ ਬਦਲਿਆ ਗਿਆ, ਪਰ ਜਿਹੜਾ ਬੇਰੁਜ਼ਗਾਰੀ ਭੱਤੇ ਹੀ ਬੰਦ ਕਰ ਦਿੱਤੇ ਨੇ। ਪੰਜਾਬ ਸਰਕਾਰ 10ਵੀਂ ਅਤੇ ਅੰਡਰ ਗ੍ਰੈਜੂਏਟ ਬੇਰੁਜ਼ਗਾਰਾਂ ਨੂੰ 150 ਰੁਪਏ ਅਤੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਬੇਰੁਜ਼ਗਾਰਾਂ ਨੂੰ 200 ਰੁਪਏ ਪ੍ਰਤੀ ਮਹੀਨੇ ਦਾ ਬੇਰੁਜ਼ਗਾਰੀ ਭੱਤਾ ਦਿੰਦੀ ਸੀ, ਪਰ ਹੁਣ ਕਿਸੇ ਨੂੰ ਨਹੀਂ ਦਿੰਦੀ। ਪੰਜਾਬ ਦੀ ਕੈਪਟਨ ਸਰਕਾਰ ਹੈ ਜਿਹੜੀ, ਇਹਨੇ ਵਾਅਦਾ ਵੀ ਕੀਤਾ ਸੀ ਚੋਣਾਂ ਦੇ ਵੇਲੇ ਕਿ 2500 ਰੁਪਏ ਬੇਰੁਜ਼ਗਾਰੀ ਭੱਤਾ ਦਿਆ ਕਰਾਂਗੇ ਪ੍ਰਤੀ ਮਹੀਨਾ, ਅਤੇ ਹੁਣ ਕਿਸੇ ਨੂੰ ਨਹੀਂ ਦੇ ਰਹੇ। ਬੜੀ ਸ਼ਰਮ ਦੀ ਗੱਲ ਹੈ, ਜਿੱਥੇ ਸ਼ਰਤਾਂ ਨੂੰ ਸੋਧਿਆ ਜਾਣਾ ਸੀ ਉੱਥੇ ਭੱਤਾ ਹੀ ਬੰਦ ਕਰ ਦਿੱਤਾ ਗਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਪ੍ਰਾਈਮ ਟਾਈਮ ਦੇ ਵਿੱਚ ਮੁੜ ਤੋਂ ਮਿਲਾਂਗੇ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਧੰਨਵਾਦ।